ਚੜ੍ਹ ਤਖ਼ਤ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਵਿੱਤਰ ਗੋਦ ਵਿੱਚ ਸਜੇ ਹੋਏ ਸੰਗਤ ਗੱਜ ਕੇ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਕੱਠ ਬਹੁਤ ਜ਼ਿਆਦਾ ਹੈ, ਸਮਾਂ ਬਹੁਤ ਘੱਟ ਹੈ, ਵੱਡੇ ਵੱਡੇ ਆਗੂ ਸਾਹਿਬਾਨ ਸੁਸ਼ੋਭਿਤ ਨੇ। ਮੈਂ 7:30 ਵਜੇ ਪਟਿਆਲੇ ਮਹਾਰਾਜੇ ਪਟਿਆਲੇ ਦੇ ਸ਼ਹਿਰ ਤੋਂ ਲੰਘ ਕੇ ਆਇਆ, ਪਰਲੇ ਪਾਸੇ ਪਿੰਡ ਆ। ਮੈਂ ਮਿਰਪੁਰ ਦੀ ਦਾਣਾ ਮੰਡੀ, ਇੱਕ ਛੋਟੇ ਜਿਹੇ ਪਿੰਡ ਦੀ ਦਾਣਾ ਮੰਡੀ ਹੈ, ਕਿਉਂਕਿ ਗੱਲ ਤਾਂ ਹੁਣ ਬਾਦਲਾਂ ਦੀ ਹੈ ਨਾ, ਦੋਸ਼ੀ ਬਾਦਲ ਪਾਏ ਜਾ ਰਹੇ ਹੈ। ਉਹ ਦਾਣਾ ਮੰਡੀ ਦੇ ਕੋਲ ਦੀ ਲੰਘ ਕੇ ਆ ਰਿਹਾ ਸੀ, ਉਸ ਛੋਟੀ ਜਿਹੀ ਦਾਣਾ ਮੰਡੀ ਵਿੱਚ ਵੱਧ ਤੋਂ ਵੱਧ 5000 ਕੁਰਸੀਆਂ ਲਾਈਆਂ ਜਾ ਸਕਦੀਆਂ। ਸਤਸੰਗ ਜੀ, 5000 ਕੁਰਸੀਆਂ ਲਾਈਆਂ ਜਾ ਸਕਦੀਆਂ ਵੱਧ ਤੋਂ ਵੱਧ। ਤੇ ਉਹ ਕੁਰਸੀਆਂ ਲੋਕ ਦੱਸਦੇ ਹੈ ਅਜੇ ਭਰੀਆਂ ਨਹੀਂ। ਤੇ ਦੂਜੇ ਪਾਸੇ ਲੰਬੀ ਦੇ ਵਿੱਚ ਕਿਲਿਆਂ ਵਾਲੀ ਚ ਕੋਈ ਸੱਜਣ ਪ੍ਰੈਸ ਵਾਲਾ ਵੀ ਦੱਸ ਰਿਹਾ ਸੀ 2500-3000 ਦਾ ਇਕੱਠ ਹੈ। ਸਤਸੰਗ ਜੀ, ਗੁਰੂ ਨੇ ਬਖਸ਼ਿਸ਼ ਕੀਤੀ ਹੈ, ਭਾਈ ਸਾਹਿਬ ਭਾਈ ਧਿਆਨ ਸਿੰਘ ਜੀ ਮੰਨਦਾ ਸਰਲ ਸਿੱਧਕ ਹੈ, ਅੱਜ ਇੱਥੇ ਚੱਬੇ ਦੇ ਸਰਬੱਤ ਖਾਲਸਾ ਨੂੰ ਯਾਦ ਕਰਾਤਾ, ਚੱਬਾ ਦੁਰਹਾਤਾ। ਇਕੱਠ ਸਾਹਮਣੇ ਨਹੀਂ ਜਾ ਰਿਹਾ, ਨਾ ਪਨਾਲ ਦੇ ਵਿੱਚ ਆ ਰਿਹਾ, ਨਾ ਸੜਕਾਂ ਦੇ ਵਿੱਚ, ਕਿਉਂਕਿ ਜਾਮ ਬਾਜੇ ਖੰਡ ਤੋਂ ਪਿੱਛੇ ਬਠਿੰਡੇ ਤੱਕ ਹੈ, ਕੋਟਕਪੁਰ ਤੋਂ ਪਿੱਛੇ ਤੱਕ ਜਾਮ ਹੈ। ਅਜੇ ਸਰਦਾਰ ਸੁਖਪਾਲ ਸਿੰਘ ਖਹਿਰਾ ਨੇ ਕਾਫਲਾ ਲੈ ਕੇ ਆਉਣਾ ਹੈ, ਕਿੱਥੇ ਕਿੱਥੇ ਸਮਾਏਗਾ ਏਡਾ ਵੱਡਾ ਇਕੱਠ, ਕਿਉਂਕਿ ਮੈਨੂੰ ਸਹੌਲੀ ਸਾਹਿਬ ਕਹਿ ਰਹੇ ਸੀ ਕਿ ਜਦੋਂ ਢਾਡੀ ਸਿੰਘਾਂ ਦੀਆਂ ਢੱਡਾਂ ਤੇ ਚੜ ਜੇ ਉਹ ਬਚਿਆ ਨੀ ਕੋਈ, ਇਹਨਾਂ ਢੱਡਾਂ ਤੇ ਚੜ ਗਈ ਗੱਲ ਮੱਸੇ ਰੰਗਣ ਦੀ, ਅਬਦਾਲੀ ਦੀ ਔਰ ਉਹਦਾ ਮਤਲਬ ਇੰਦਰਾ ਗਾਂਧੀ ਦੀ, ਜਿਹੜੀ ਮੌਤ ਪਰੇ ਦੁਨੀਆਂ ਦੇ ਸਾਹਮਣੇ ਹੈ। ਸਤਸੰਗ ਜੀ ਕਹਿ ਰਹੇ ਸੀ ਪੰਥ ਕੀ ਚਾਹੁੰਦਾ ਹੈ ਬਾਦਲ ਅੰਦਰ ਜਾਵੇ, ਮੈਂ ਚੈਲੰਜ ਕਰਕੇ ਕਹਿੰਦਾ ਕੈਪਟਨ ਅਮਰਿੰਦਰ ਸਿੰਘ ਨੂੰ ਕਿ ਕੈਪਟਨ ਸਾਹਿਬ ਆਹ ਵੇਖ ਲਓ ਬਰਗਾੜੀ ਦਾ ਇਕੱਠ ਅਜੇ 14 ਨੂੰ ਦੁਬਾਰਾ ਹੋਣਾ, ਉਦੋਂ ਮਗਰੋਂ ਕੀ ਵਰਤੇਗੀ, ਤੁਹਾਡੇ ਦੋਹਾਂ ਇਕੱਠਾਂ ਨੇ ਤੁਹਾਡੀ ਰੈਲੀ ਤੁਸੀਂ ਤੁਹਾਡੀ ਖੇਡ ਨੂੰ ਮਾਤ ਪਾ ਦੇ ਮਾਤ ਪਾ ਦਿੱਤਾ। ਉਹ ਕਹਿੰਦੇ ਇਕੱਠ ਕਿੱਥੇ ਰੋਕਣਾ, ਪਟਿਆਲੇ ਅਸੀਂ ਤੇਰੇ ਸ਼ਹਿਰ ਚ ਰੋਕਦੇ ਹਾਂ, ਇੱਧਰ ਦਾ ਇਕੱਠ ਤੇਰੇ ਹਲਕੇ ਲੰਬੀ ਚ ਰੋਕਦੇ ਹਾਂ, ਦੋਵੇਂ ਰਲ ਕੇ ਖੇਡ ਰਹੇ ਹੈ। ਪਰ ਖਾਲਸਾ ਪੰਥ ਦੇ ਮਨਾਂ ਚ ਸਤਿਕਾਰ ਹੈ, ਦਰਦ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹੋਈ ਬੇਅਦਬੀ ਦਾ, ਸਤਸੰਗ ਜੀ ਹੋਏ ਸ਼ਹੀਦਾਂ ਦਾ ਦਰਦ ਹੈ। ਅੱਜ ਤੁਸੀਂ ਬੜੀ ਵੱਡੀ ਗਿਣਤੀ 'ਚ ਸਾਰੀ ਸੰਗਤ ਪਹੁੰਚੀ ਹੈ, ਸੋ ਮੈਂ ਜ਼ਿਆਦਾ ਸਮਾਂ ਨਹੀਂ ਲੈਂਦਾ, ਮੈਂ ਵੱਡੀ ਗਿਣਤੀ ਵਿੱਚ ਆਈ ਹੋਈ ਸਿੱਖ ਸੰਗਤ ਦਾ ਆਗੂ ਸਾਹਿਬਾਨ ਦਾ ਧੰਨਵਾਦ ਵੀ ਕਰਦਾ ਔਰ ਨਿੱਘਾ ਸਵਾਗਤ ਕਰਦਾ ਜੀ, ਇਹ ਕਹਿੰਦਾ ਹੋਇਆ ਜਿੰਮਾ ਜਾਚਦਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।